सुखबीर सिंह बादल ते हुण कोई विश्वास नहीं करता। आउट ऑफ सेंस होए फिरदे प्रधानमंत्री समझ जांदे अरविंद केजरीवाल नूं। एस वाई एल दा अरविंद केजरीवाल नाल की संबंध है? साडे कोले एक भी बूंद पानी किसे नूं देणा ते है नहीं। 3 महीने पहला तां कहिंदा सीगा 3 कानून आ इहनां नाल तां किसानां दा एड्डा वड्डा फायदा होणा है, ते जदों फिर किसानां ने रखे धौण ते गोडा फिर कहण लग पए काले कानून है। ਨੂੰ ਦਿੱਲੀ ਤੋਂ ਕੋਈ ਹੁਕਮ ਨਹੀਂ ਆਉਂਦਾ, ਬਾਕੀ ਪਾਰਟੀਆਂ ਨੂੰ ਦਿੱਲੀ ਤੋਂ ਬਹੁਤ ਹੁਕਮ ਆਉਂਦੇ ਨੇ। ਹੁਕਮ ਆਉਂਦਾ ਨਹੀਂ, ਇਹ ਲੈਣ ਜਾਂਦੇ ਹੁਕਮ ਉੱਥੇ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਐਲਾਨ ਕੀਤਾ ਗਿਆ ਕਿ ਕੱਲ੍ਹ ਉਹ ਜੀਰੇ ਹਲਕੇ ਤੋਂ 100 ਦਿਨਾਂ ਦੇ ਲਈ ਇੱਕ ਸੂਬੇ ਦੇ ਵਿੱਚ ਵੱਡੀ ਰੈਲੀ ਅਤੇ ਲੋਕਾਂ ਨੂੰ ਮਿਲਣਗੇ, ਪਿੰਡ ਪਿੰਡ ਜਾਣਗੇ, ਸੱਥ ਸੱਥ ਜਾਣਗੇ ਅਤੇ ਲੋਕਾਂ ਦੇ ਵਿਚਾਰ ਇਕੱਠੇ ਕਰਕੇ ਪੰਜਾਬ ਦੇ ਲਈ ਇੱਕ ਨਵਾਂ ਏਜੰਡਾ ਤਿਆਰ ਕਰਨਗੇ। ਜੇਕਰ ਸਿੱਧੇ ਤੌਰ 'ਤੇ ਕਿਹਾ ਜਾਵੇ 2022 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸੁਖਬੀਰ ਨੇ ਸਿਆਸੀ ਬਿਗੁਲ ਵਜਾ ਦਿੱਤਾ ਅਤੇ ਇਸ ਜਨਤਕ ਨਾਂ ਦੀ ਚਾਰਜਸ਼ੀਟ ਉਹਨਾਂ ਵੱਲੋਂ ਇੱਕ ਡਾਕੂਮੈਂਟ ਕਾਪੀ ਜਿਹੜੀ ਹੈਗੀ ਆ ਅੱਜ ਮੀਡੀਆ ਅੱਗੇ ਦਿੱਤੀ, ਪੇਸ਼ ਕੀਤੀ ਅਤੇ ਨਾਲ ਹੀ ਉਹਨਾਂ ਨੇ ਅਰਵਿੰਦ ਕੇਜਰੀਵਾਲ 'ਤੇ ਵੀ ਨਿਸ਼ਾਨੇ ਸਾਧੇ ਨੇ ਕਿ ਦਿੱਲੀ ਦੇ ਵਿੱਚ ਸਰਕਾਰ ਕਿਸ ਤਰੀਕੇ ਨਾਲ ਕੰਮ ਕਰ ਰਹੀ ਹੈ। ਸਾਡੇ ਨਾਲ ਕੁਲਤਾਰ ਸਿੰਘ ਸੰਧਵਾਂ ਹਨ, ਆਮ ਆਦਮੀ ਪਾਰਟੀ ਦੇ ਵਿਧਾਇਕ ਹਨ। ਸੰਧਵਾਂ ਸਾਹਿਬ, ਅੱਜ ਸੁਖਬੀਰ ਸਿੰਘ ਬਾਦਲ ਕਹਿੰਦੇ ਕਿ ਦਿੱਲੀ ਮਾਡਲ ਫੇਲ ਹੈ, ਅਰਵਿੰਦ ਕੇਜਰੀਵਾਲ ਇਸ਼ਤਿਹਾਰਾਂ 'ਤੇ ਖਰਚ ਕਰ ਰਹੇ ਹਨ, ਐਸ ਵਾਈ ਐਲ ਦੇ ਮੁੱਦੇ ਨੂੰ ਲੈ ਕੇ ਉਹ ਪੰਜਾਬ 'ਚ ਕੁਛ ਅਤੇ ਦਿੱਲੀ ਜਾ ਕੇ ਕੁਛ ਬਿਆਨ ਦਿੰਦੇ ਹਨ। ਉਹ ਪ੍ਰਧਾਨ ਮੰਤਰੀ ਹੈ, ਪਹਿਲਾਂ ਇਹਨਾਂ ਨੂੰ ਯਾਰ ਆਪਦਾ ਹਿਸਾਬ ਤਾਬ ਦਾ ਠੀਕ ਕਰ ਲੈਣ, ਕੀ ਗੱਲ ਕੋਈ ਮਤਲਬ ਆਊਟ ਆਫ ਸੈਂਸ ਹੋਏ ਫਿਰਦੇ ਆ। ਪ੍ਰਧਾਨ ਮੰਤਰੀ ਸਮਝ ਜਾਂਦੇ ਆ ਅਰਵਿੰਦ ਕੇਜਰੀਵਾਲ ਨੂੰ, ਐਸ ਵਾਈ ਐਲ ਦਾ ਅਰਵਿੰਦ ਕੇਜਰੀਵਾਲ ਨਾਲ ਕੀ ਸੰਬੰਧ ਪਹਿਲਾਂ ਦੱਸੋ। ਬਾਕੀ ਅਸੀਂ ਆਮ ਆਦਮੀ ਪਾਰਟੀ ਪੰਜਾਬ ਇਸ 'ਤੇ ਆਪਦਾ ਸਟੈਂਡ ਕਲੀਅਰ ਕਰ ਚੁੱਕੇ ਹਾਂ ਵੀ ਸਾਡੇ ਕੋਲ ਇੱਕ ਵੀ ਬੂੰਦ ਪਾਣੀ ਕਿਸੇ ਨੂੰ ਦੇਣਾ ਤਾਂ ਹੈ ਨਹੀਂ, ਸਾਡੀਆਂ ਟੇਲਾਂ 'ਤੇ ਪਾਣੀ ਪਹੁੰਚਦਾ ਨਹੀਂ ਹੈ। ਬੁਰੇ ਹਾਲ ਅੱਜ ਵੀਡੀਓ ਜਾਰੀ ਕਰਤੀ ਦਿੱਲੀ ਦੇ ਵਿੱਚ, ਉਹਨਾਂ ਨੇ ਕਿਹਾ ਵੀ ਐਸ ਵਾਈ ਐਲ ਦਾ ਪਾਣੀ ਸਾਰਿਆਂ ਨੂੰ ਮਿਲਣਾ ਚਾਹੀਦਾ ਹੈਗਾ। ਦੇਖੋ ਜੀ, ਇਹ ਸੁਖਬੀਰ ਸਿੰਘ ਬਾਦਲ 'ਤੇ ਹੁਣ ਕੋਈ ਵਿਸ਼ਵਾਸ ਨਹੀਂ ਕਰਦਾ ਪੰਜਾਬ ਦੇ ਵਿੱਚ। ਜਦੋਂ ਦਾ ਇਹਨਾਂ ਨੇ ਆ ਬੇਅਦਬੀ ਵਾਲਿਆਂ ਨੂੰ ਬਚਾਉਣ ਦਾ ਡਰਾਮਾ ਰਚਿਆ ਸੀ ਨਾ, ਉਦੋਂ ਬਾਅਦ ਇਹਨਾਂ ਨੂੰ ਇਹ ਕੋਈ ਵਿਸ਼ਵਾਸ ਨਹੀਂ ਕਰਦਾ ਜਿੰਨਾ ਮਰਜ਼ੀ ਰੌਲਾ ਪਾਈ ਜਾਂਦਾ। ਸੋ ਇਹ ਫੇਲ ਆਦਮੀ ਹੈ। ਕੁਲਤਾਰ ਜੀ, ਆਹ ਦੇਖੋ ਉਹਨਾਂ ਨੇ ਲਿਖਿਆ ਹੈਗਾ ਕਿ 822 ਕਰੋੜ ਰੁਪਏ ਇਹਨਾਂ ਨੇ 2021 ਤੱਕ ਇਸ਼ਤਿਹਾਰਾਂ 'ਤੇ ਖਰਚੇ ਹਨ, ਅਤੇ ਇਸ ਤਰੀਕੇ ਦੇ ਇਹੋ ਜਿਹੇ ਇਹਨਾਂ ਨੇ ਪੈਂਪਲੇਟ ਜਿਹੜੇ ਹੈਗੇ ਨੇ ਅੱਜ ਦਿੱਤੇ ਹਨ। ਇੱਕ ਤੁਹਾਨੂੰ ਵੀ ਜਿਹੜਾ ਮੈਂ ਆਹ ਪਕੜਾਇਆ ਹੋਇਆ ਪੈਂਪਲੇਟ, ਇੱਦਾਂ ਦੇ ਇਹਨਾਂ ਨੇ ਆਪਣੇ ਰਜਿਸਟ੍ਰੇਸ਼ਨ ਵਾਲਾ ਵੀ ਸ਼ੁਰੂ ਕੀਤਾ, ਅਤੇ ਇੱਥੇ ਤੁਸੀਂ ਦੇਖੋਗੇ ਇਸ ਜਗ੍ਹਾ 'ਤੇ ਵੀ ਇਹਨਾਂ ਨੇ ਲਿਖਿਆ ਹੈਗਾ ਕਿ ਨਹੀਂ ਚਾਹੀਦਾ ਦੋਗਲਾ ਅਤੇ ਡਰਾਮੇਬਾਜ਼, ਅਜਿਹੇ ਸਲੋਗਨ ਜਿਹੜੇ ਹੈਗੇ ਨੇ ਉਹ ਜਾਰੀ ਕੀਤੇ ਜਾ ਰਹੇ। ਉਹ ਤਾਂ ਗੱਲ ਸਹੀ ਹੈ ਲੋਕਾਂ ਦੀ, ਪੰਜਾਬਾਂ ਨੂੰ ਪੰਜਾਬ ਵਾਲਾ ਨਹੀਂ ਚਾਹੀਦਾ ਦੋਗਲਾ ਅਤੇ ਡਰਾਮੇਬਾਜ਼। ਸਭ ਤੋਂ ਵੱਡਾ ਦੋਗਲਾ ਤਾਂ ਇਹ ਹੈ, ਕਹਿੰਦਾ ਬਾਹਰਦਿਆਂ ਨਾਲ ਗੱਲ ਨਹੀਂ ਕਰਨੀ ਪੰਜਾਬੋਂ ਬਾਹਰਦਿਆਂ ਦੇ। ਆਹ ਜਿਹੜੀ ਹਾਥੀ ਵਾਲੀ ਬੀਬੀ ਹੈ ਕਿੱਥੋਂ? ਤਲਵੰਡੀ ਦੀ ਹੈ, ਕਿੱਥੋਂ ਦੀ ਉਹ? ਬਾਕੀ ਵੱਡਾ ਡਰਾਮੇਬਾਜ਼ ਤਾਂ ਤੂੰ ਹੈ ਵੀ ਤੂੰ 3 ਮਹੀਨੇ ਪਹਿਲਾਂ ਤਾਂ ਕਹਿੰਦਾ ਸੀਗਾ ਵੀ ਇੱਦੂ ਚੰਗਾ ਮੋਦੀ ਸਾਹਿਬ ਫੈਸਲਾ ਹੀ ਨਹੀਂ ਲੈ ਸਕਦੇ, ਆਹ ਜਿਹੜੇ 3 ਕਾਨੂੰਨ ਆ ਇਹਨਾਂ ਨਾਲ ਤਾਂ ਕਿਸਾਨਾਂ ਦਾ ਐਡਾ ਵੱਡਾ ਫਾਇਦਾ ਹੋਣਾ, ਅਤੇ ਜਦੋਂ ਫਿਰ ਕਿਸਾਨਾਂ ਨੇ ਰੱਖੇ ਧੌਣ 'ਤੇ ਗੋਡਾ ਅਤੇ ਉਦੋਂ ਫਿਰ ਕਹਿਣ ਲੱਗ ਪਏ ਕਾਲੇ ਕਾਨੂੰਨ ਹੈ ਵੀ ਉਦੋਂ ਸੱਚ ਬੋਲਦਾ ਸੀ ਕਿ ਹੁਣ ਸੱਚ ਬੋਲਦਾ? ਦੋਗਲਾ ਤੂੰ ਹੈ ਕਿ ਕੇਜਰੀਵਾਲ? ਕੇਜਰੀਵਾਲ ਉਹ ਬੰਦਾ ਜਿਹਨੇ ਕਿਹਾ ਵੀ ਜੇ ਮੈਨੂੰ ਕੰਮ ਕੀਤਾ ਤਾਂ ਦਿੱਲੀ ਵਾਲੇ ਵੋਟਾਂ ਪਾਇਓ, ਨਹੀਂ ਨਾ ਪਾਇਓ ਤਾਂ ਸਾਰੇ ਦਿੱਲੀ ਵਾਲਿਆਂ ਨੇ ਵੋਟਾਂ ਪਾ ਦੀਆਂ, ਹੁਣ ਤੁਸੀਂ ਫੈਸਲਾ ਕਰ ਲਓ ਕੌਣ ਹੈ। ਕਹਿੰਦੇ ਸਾਨੂੰ ਦਿੱਲੀ ਤੋਂ ਕੋਈ ਹੁਕਮ ਨਹੀਂ ਆਉਂਦਾ, ਬਾਕੀ ਪਾਰਟੀਆਂ ਨੂੰ ਦਿੱਲੀ ਤੋਂ ਬਹੁਤ ਹੁਕਮ ਆਉਂਦੇ ਨੇ। ਹੁਕਮ ਆਉਂਦਾ ਨਹੀਂ, ਇਹ ਲੈਣ ਜਾਂਦੇ ਹੁਕਮ ਉੱਥੇ, ਆਉਂਦਾ ਥੋੜ੍ਹੀ ਇਹਨਾਂ ਨੂੰ, ਇਹ ਤਾਂ ਭੱਜੇ ਜਾਂਦੇ ਆ ਕਿਉਂਕਿ ਉਹਨਾਂ ਤੋਂ ਫਿਰ ਪੰਜਾਬ ਦੇ ਹੱਕਾਂ ਦੇ ਸੌਦੇ ਕਰਕੇ ਫਿਰ ਹੋਟਲ ਵੀ ਬਣਾਉਣੇ ਹੁੰਦੇ ਨੇ ਉੱਥੇ, ਬਣਾਇਆ ਕਿ ਨਹੀਂ ਉੱਥੇ? ਇੱਥੋਂ ਪੰਜਾਬੋਂ ਜਾਂਦੇ ਕਹਿੰਦੇ ਹਰਿਆਣਾ ਸਾਡੇ ਨਾਲ ਧੱਕਾ ਕਰਿਆ ਧੱਕਾ ਕਰਿਆ, ਉੱਥੇ ਹੋਟਲ ਬਣਾ ਕੇ ਆ ਜਾਂਦੇ ਸੀ ਅਤੇ ਮੁੜ ਕੇ ਆ ਕੇ ਫਿਰ ਕਹਿ ਜਾਂਦੇ ਸੀਗੇ ਹਰਿਆਣਾ ਸਾਡੇ ਨਾਲ ਧੱਕਾ ਕਰ ਰਿਹਾ। ਮਤਲਬ ਪੰਜਾਬੀਆਂ ਨੂੰ ਵਾਜੇ ਸਮਝਦੇ ਸੀ, ਪਰ ਹੁਣ ਪੰਜਾਬੀਆਂ ਨੇ ਐਤਕੀ ਇਹਨਾਂ ਦਾ ਬੈਂਡ ਵਜਾਉਣਾ। ਸੁਖਬੀਰ ਸਿੰਘ ਬਾਦਲ ਨੇ ਅੱਜ ਇਹ ਵੀ ਗੱਲ ਕਹੀ ਹੈ ਕਿ ਜਿਸ ਤਰੀਕੇ ਨਾਲ ਕੈਪਟਨ ਅਮਰਿੰਦਰ ਸਿੰਘ ਨੇ ਤਲਵੰਡੀ ਸਾਬੋ ਵਿਖੇ ਸਹੁੰ ਖਾਧੀ ਕਿ ਨਸ਼ਾ ਖਤਮ ਕਰ ਦਾਂਗੇ, ਕਹਿੰਦੇ ਇਸੇ ਤਰੀਕੇ ਨਾਲ ਅਰਵਿੰਦ ਕੇਜਰੀਵਾਲ ਨੇ ਵੀ ਦਿੱਲੀ ਦੇ ਵਿੱਚ ਆਪਣੇ ਬੇਟੇ ਦੀ ਸਹੁੰ ਖਾਧੀ ਸੀ ਕਿ ਕਿਸੇ ਵੀ ਪਾਰਟੀ ਦੇ ਨਾਲ ਗਠਬੰਧਨ ਨਹੀਂ ਕਰਾਂਗੇ, ਚਾਹੇ ਕੋਈ ਵੀ MLA ਬਣੇ ਜਾਂ ਨਾ ਬਣੇ, ਪਰ ਫਿਰ ਵੀ ਉਹਨਾਂ ਨੇ ਕਾਂਗਰਸ ਦੇ ਨਾਲ ਸਮਝੌਤਾ ਕੀਤਾ ਸੀ। ਅਜਿਹੇ ਤਮਾਮ ਉਹਨਾਂ ਨੇ ਸ਼ੰਕੇ ਜਿਹੜੇ ਹੈਗੇ ਨੇ ਖੜੇ ਕੀਤੇ ਹਨ, ਅਤੇ ਸਾਫ਼ ਤੌਰ 'ਤੇ ਉਹਨਾਂ ਦੇ ਲਹਿਜ਼ਾ ਵੀ ਤੁਸੀਂ ਸੁਣਿਆ ਹੋਏਗਾ ਵੀ ਕਿਸ ਤਰੀਕੇ ਨਾਲ ਅੱਜ ਉਹ ਬੋਲੇ ਹੋਣਗੇ। ਮਿੱਤਰਾ ਸੂਰਜ 'ਤੇ ਜਿੰਨਾ ਮਰਜ਼ੀ ਥੁੱਕੀ ਜਾ, ਮੂੰਹ 'ਤੇ ਪੈਣਾ, ਉੱਥੇ ਕਾਂਗਰਸ ਦੀ 0 ਹੈ। ਕਿਹਦੇ ਨਾਲ ਸਮਝੌਤਾ ਕੀਤਾ? ਗੱਲ ਇਹ ਹੈ ਜੇ ਲੋਕਾਂ ਦੀ ਭਲਾਈ ਖਾਤਰ ਕੁਝ ਕਰਨਾ ਪਵੇ ਫਿਰ ਤਾਂ ਠੀਕ ਹੈ। ਤੂੰ ਸਹੁੰ ਖਾਣ ਦੀ ਗੱਲ ਕਰਦੇ ਆ ਸੁਖਬੀਰ ਸਿੰਘ ਬਾਦਲ, ਤੂੰ ਤਾਂ ਪੰਥ ਨੂੰ ਖਾ ਗਿਆ। ਸ਼੍ਰੀ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਸਾਨੂੰ ਸਾਰਿਆਂ ਨੂੰ ਪ੍ਰਵਾਨ ਹੈ, ਤਾਂ ਉਸ 'ਤੇ ਵੀ ਕੁਐਸਚਨ ਲਾਤੇ ਤੁਸੀਂ ਤਾਂ ਬਿਨਾਂ ਮੰਗਿਆ ਮਾਫੀਆਂ? ਕੋਈ ਗੱਲ ਹੈ ਇਹ?
सब जानते हैं पंजाब के लोग। इन्हें देखो आम आदमी पार्टी की किस तरीके की रणनीति रहेगी, सैशन आने वाला है, अज तुसी स्पीकर साहब नूं भी मिले है कि रणनीति रहेगी जिस तरीके नाल उन्होंने यह पैंपलेट जारी किए। वो ये तो जिन्हें मर्जी करी जान वेले खुद ही दूमणी गावे आल बताल, वो ये तो हुण जो मर्जी करी जान हुण, बाकी साडी कोई रणनीति नहीं, रणनीति पंजाब के लोगों की है। वो कहिंदे आ नीले वेख ले चिट्टे वेख ले, एक मौका झाड़ू वाले देना इन्हां नाल तां माड़ा नहीं होगा। किस तरीके नाल कुलतार जी, जे आपां पंजाब दे लोग ये भी जानना चाहते हैं कि काडर किस तरीके नाल मजबूत होएगा, हालांकि ज्वाइनिंग हो रही ने, जेकर आपां पिछलियां आम चोणां दीआं गल कर लीए, पंचायती चोणां दीआं गल कर लीए, रिजल्ट जेकर आपां रिजल्ट दे हिसाब नाल देखिए तां परफॉर्मेंस काफ़ी वीक हैगी है, स्ट्रोंग किवें होएगी? देखो जी, ये लोगों ने करनी होंगी स्ट्रोंग, तो अज मुंडे मैं चंगेड़े वांगू बुड़कदे आ, कहिंदे फेर देंगे झाड़ू चक देंगे फटे, साडे करन वाला हुंदा ते असीं नहीं कुछ कर सकते सी, ये तो गुरु पातशाह ने किया, नहीं तो पिछली बार ही बन जानी सरकार, ये जान के नहीं बने सच्चे पातशाह, सानू पांच साल की ट्रेनिंग देनी सी, हुण असीं पूरे ट्रेनिंग हो गया, पता सानू भी कित्थों धौण लपणी इहनां दी। सुखबीर बादल कहिंदे कि दिल्ली दे विच सरकार है, एक भी सिख कैबिनेट दे विच मंत्री नहीं लिया, तो पंजाब दे विच सिख चेहरा सिर्फ झूठा ऐलानिया गया है, आप आना चाहुंदे ने। कमाल की गल है यार, ये तेरे वर्गा नहीं, जो जिहा बंदा आप हुंदा उह जिहा हुंदा, ये वर्गा नहीं, दिल्ली के जिहड़ा साडा एक सिख एम एल ए सराज जरनैल सिंह, उहनूं पंजाब दा इंचार्ज बनाया होया, वो कित्थों होर उहनां नूं चार्ज दे देणगे। सो ये गल्लां असीं धर्म की राजनीति नहीं करते, पहली गल तो आम आदमी पार्टी जोड़ के गल करती है, ये तोड़ के गल करते। कुलतार जी, इहदा जवाब किवें दोगे, जिवें उह इश्तहारां नूं लैके तुहाडे ते निशाने लगा रहे ने, होर तमाम गल्लां कहिंदे कि जिहड़ी बिजली यूनिट दा उत्थे इह वादा करदे ने कि 200 यूनिट माफ़ है, जे 201 हो जांदी तां 201 दा बिल आउंदा हैगा, कुछ एक इन्हां ने डॉक्यूमेंट्री भी जिहड़ी अज रिलीज़ कीती हैगी, उह इहदा जवाब तां आप ही देई जांदा, इह कहिंदा चंगा भी मैं तां रज पुज के मोटा ताजा हो के चलिया, हुण खा लिया बहुत, इह तां सस्ती गल बुला रहा, देख लो चलिया, हुण पंजाब दे लोकां ने जवाब दे देणा, बेफिक्र रहो। तो यह सन साडे नाल कुलतार सिंह संधवा, चंडीगढ़ तो वीडियो जर्नलिस्ट शशिपाल दे नाल, फैक्ट न्यूज़ लई वरुण भट्ट।